को नहीं। कबीरा हमरा को नहीं, हम किसू के ना, हम किसू के ना, हमरा को नहीं। कबीर सब जग हो फिरो, हमरा को नहीं। कभी सब जग हो फिरो, मादल कंद चढ़ा, काकी माई काको बाप हमरा को नहीं। दिल कंद चढ़ाए सब जग हो फिरा, अपने कंधे ते मोड़े ते टोर पा लिया। पुराने समय अंदर जदो मुनादी करदे सन, टोल वजा के करदे सन, मैं कंधे ते टोहर पा लिया। ते सारे संसार दे हर गली हर महल्ले हर चौक विच खड़ा हो के ढोल बजा के एक गल पुछी के कोई मेरा है, कोई ना बोलिया। किसे ने ए हामी ना भरी, कोई मेरा ना बनिया। बाबा कबीर कहन लगे, कबीर सब जग हो फिरा, मादल कम चढ़ा, कोई कहूं हमरा को नहीं। कबीरा हमरा को नहीं, हम किसू के ना है। काकी माई काको बाप धरीक, झूठे सब साक हमरा को नहीं। कत की माई बाप कत केरा, किद्दू थाओ हम आए। गुरु ने सवाल किया है ते आख्या दस जे तेनू पता है। सुनो रे तू कवन, कहां ते आयो, कत की माई बाप कत केरा, किदो थाओ हमें आए।
अगन बिंब जल भीतर निप दे अगन बिंब जल भीतर निप दे काहे कम उपाय सुनो रे तू कवन कहां ते आयो इती न जानो के ती के पुत इती न जानो के ती के बुद्धि चलते खबर ना पायो हमरा को नहीं बहु प्रपंच कर पर धन लावे सुत दारा पे आन लुटावे हमरा को नहीं मन मेरे भूले मन मेरे भूले कपट ना कीजे अंत नबेरा तेरे जी पहली जे छिन छिन तन छीजे छिन छिन तन छीजे जरा जनावे तब तेरी ओक को पानियों न पावे हमरा को नहीं तब तेरी ओक को पानियों न पावे कहत कबीर कोई नहीं तेरा कबीर हमरा को नहीं हम किसू के नाए कहत कबीर कोई नहीं तेरा मूर्ख मन का है कर से माना माए बाप पुत्र सब हर के किए माए बाप पुत्र सब हर के की सपना को संबंध सपना को संबंध हार कर दिए उन्हें संबंध का जरिया बनाया नाम नहीं दिता संबंध एक ख्याल करियो संबंधा नू नाम असी दिता है समाज ने दिता है ते अपनी अपनी बोली विच दिता है जिदे घर जन्म ले लिया है वो मां है वो बाप है दूजे दी बोली होर है उन्हें मदर फादर आख दिता है इंदा मतलब नाम देना साड़ी मर्जी ते निर्भर है कुछ गल्ला सोचन वालियां ने संबंध पैदा किते ने रिश्ते बनाए ने ते रिश्ते नूं फिर अगे जिहड़ी चीज देखनी है ना ते उन्ने नाम दिता है ना उन्ने फर्ज दिते ने फर्ज भी एथे बने ने
ਇਹ ਦੋ ਤਿੰਨ ਗੱਲਾਂ ਆਮ ਜੀਵਨ ਵਿੱਚ ਸਭ ਫਰਜ਼ ਇੱਥੇ ਬਣੇ ਨੇ। ਇਹੋ ਕਾਰਨ ਨੇ ਜਿਵੇਂ ਹਰ ਕਬੀਲੇ ਦੇ ਹਰ ਦੇਸ਼ ਦੇ ਹਰ ਬੋਲੀ ਵਿੱਚ ਰਿਸ਼ਤਿਆਂ ਦੇ ਨਾਮ ਵੱਖਰੇ ਨੇ, ਇਸ ਤਰ੍ਹਾਂ ਹਰ ਬੋਲੀ ਅਤੇ ਹਰ ਰਿਸ਼ਤੇ ਦੇਸ਼ ਅੰਦਰ ਫਰਜ਼ ਵੀ ਵੱਖਰੇ ਨੇ। ਜਿਹੜੇ ਭੈਣ ਭਰਾ ਦੇ ਫਰਜ਼ ਸਾਡੇ ਦੇਸ਼ ਵਿੱਚ ਨੇ ਉਹ ਇੱਥੇ ਨਹੀਂ। ਜਿਹੜੇ ਮਾਤਾ ਪਿਤਾ ਦੀਆਂ ਜ਼ਿੰਮੇਵਾਰੀਆਂ ਅਤੇ ਪੁੱਤਰ ਦੀਆਂ ਜ਼ਿੰਮੇਵਾਰੀਆਂ ਫਰਜ਼ ਉਸ ਦੇਸ਼ ਵਿੱਚ ਨੇ ਉਹ ਇਸ ਦੇਸ਼ ਵਿੱਚ ਨਹੀਂ। ਇਹਦਾ ਮਤਲਬ ਫਰਜ਼ ਦੇ ਘੇਰਾ, ਨਿਯਮਾਂ ਦਾ ਘੇਰਾ ਵੀ ਅਸੀਂ ਬਣਾਇਆ ਹੈ, ਇੱਥੇ ਆ ਕੇ ਬਣਿਆ ਹੈ। ਬਲਕਿ ਜਦੋਂ ਜੀਵ ਤਾਂ ਸਾਰੇ ਮੇਰੇ ਮਾਲਕ ਨੇ ਪੈਦਾ ਕੀਤੇ ਨੇ, ਪਰ ਪਸ਼ੂ ਪੰਛੀਆਂ ਵਿੱਚ ਉਹ ਨਿਯਮ ਨਹੀਂ। ਉਹਨਾਂ ਕੋਲ ਚੇਤਨਾ ਸ਼ਕਤੀ ਘੱਟ ਹੋਣ ਕਰਕੇ ਜਿਹੜੇ ਨਿਯਮ ਭੈਣ ਭਰਾ ਦੇ, ਪਤੀ ਇਸਤਰੀ ਦੇ, ਵਿਆਹ ਦੇ ਅਸੀਂ ਬਣਾਏ ਨੇ, ਉਹ ਕਿਸੇ ਪਸ਼ੂ ਵਿੱਚ ਨਹੀਂ, ਉਹ ਕਿਸੇ ਪੰਛੀ। ਹਾਲਾਂਕਿ ਬੱਚੇ ਉਹਨਾਂ ਦੇ ਵੀ ਜਨਮ ਲੈਂਦੇ ਨੇ, ਮਾਂ ਬਾਪ ਉਹ ਵੀ ਬਣਦੇ ਨੇ, ਪਰ ਨਾ ਤਾਂ ਉਹ ਆਪਣੇ ਮਾਂ ਬਾਪ ਦਾ ਨਾਮ ਆਪ ਰੱਖ ਸਕੇ ਨੇ, ਨਾ ਹੀ ਨਿਯਮ ਬਣਾ ਸਕੇ ਨੇ। ਜਿਹਨੇ ਜਨਮ ਲਿਆ ਹੈ ਮਦੀਨ ਨੇ, ਫੀਮੇਲ ਨੇ, ਚਾਰ ਦਿਨ ਬਾਅਦ ਜਨਮ ਲੈਣ ਵਾਲੇ ਉਸੇ ਨਾਲ ਉਹਨੇ ਵਿਆਹ ਕਰ ਲਿਆ, ਉਹਦੇ ਵਿੱਚੋਂ ਅੱਗੇ ਫਿਰ ਜਨਮ, ਕਿਉਂਕਿ ਨਿਯਮ ਕੋਈ ਨਹੀਂ ਨਾ। ਇਹ ਗੱਲਾਂ ਸੀ ਕੁਦਰਤ ਵਿੱਚੋਂ ਵੀ ਸਮਝਣੀਆਂ ਨੇ। ਮਾਲਕ ਨੇ ਅਲਫ਼ਜ਼ ਆਏ ਨੇ, ਮਾਏ ਬਾਪ ਪੁੱਤਰ ਸਭ ਹਰ ਕੇ ਕੀਏ ਉਹਨੇ ਬਣਾਏ, ਪਰ ਉਹਨੇ ਨਿਯਮ ਨਹੀਂ ਬਣਾਏ, ਫਰਜ਼ ਨਹੀਂ ਬਣਾਏ। ਉਹ ਇੱਥੇ ਆ ਕੇ ਬਣੇ, ਨਾ ਉਹਨੇ ਨਾਮ ਦਿੱਤੇ, ਉਹ ਵੀ ਇੱਥੇ ਆ ਕੇ। ਇਹੋ ਕਾਰਨ ਸਾਨੂੰ ਕੁਝ ਹੱਕ ਮਿਲ ਗਿਆ, ਅਸੀਂ ਆਪਣੀ ਆਪਣੀ ਬੋਲੀ ਵਿੱਚ ਰਿਸ਼ਤਿਆਂ ਦੇ ਨਾਮ ਵੀ ਰੱਖ ਲਏ। ਆਪਣੀ ਮਰਜ਼ੀ ਨਾਲ ਜੋ ਸਾਨੂੰ ਪੁੱਜਦਾ ਸੀ ਅਸੀਂ ਉਹ ਜੇ ਫਰਜ਼ ਵੀ ਬਣਾ ਲਏ। ਹਰ ਦੇਸ਼ ਹਰ ਕਬੀਲੇ ਦੇ ਨਾਮ ਵੱਖਰੇ ਨੇ, ਫਰਜ਼ ਵੱਖਰੇ ਨੇ। ਹੁਣ ਆ ਗਈ ਅਧਿਕਾਰਾਂ ਦੀ ਗੱਲ। ਇਸ ਤੋਂ ਅੱਗੇ ਅਧਿਕਾਰਾਂ ਦੀ ਗੱਲ, ਅਧਿਕਾਰ ਵੀ ਮਿਲੇ ਨੇ ਇਸ ਸੰਸਾਰ ਵਿੱਚ, ਮਨੁੱਖ ਨੇ ਅਧਿਕਾਰ ਵੀ ਬਣਾਏ ਨੇ। ਜਿਵੇਂ ਹਰ ਕਬੀਲੇ ਦੇ ਹਰ ਦੇਸ਼ ਦੇ ਮੁਤਾਬਕ ਮਾਤਾ ਪਿਤਾ ਦਾ ਪੁੱਤਰਾਂ 'ਤੇ ਕੀ ਅਧਿਕਾਰ ਹੈ, ਇੱਥੇ ਨਹੀਂ। ਪਤੀ ਦਾ ਇਸਤਰੀ 'ਤੇ ਕੀ ਅਧਿਕਾਰ ਹੈ, ਇਸਤਰੀ ਦਾ ਪਤੀ 'ਤੇ ਕੀ ਅਧਿਕਾਰ ਹੈ, ਉੱਥੋਂ ਦੇ ਹੋਰ ਨੇ, ਇੱਥੋਂ ਦੇ ਨਿਯਮ ਹੋਰ ਨੇ। ਕਿਉਂਕਿ ਜਿਹੜੀਆਂ ਚੀਜ਼ਾਂ ਇੱਥੇ ਬਣੀਆਂ ਨੇ ਉਹਨਾਂ ਨੂੰ ਵਿਚਾਰਨਾ, ਪਰ ਇੱਕ ਗੱਲ ਖਿਆਲ ਕਰੇ, ਉਹ ਜਿਹੜੀਆਂ ਚੀਜ਼ਾਂ ਇੱਥੇ ਬਣੀਆਂ ਨੇ ਉਹ ਨਾਲ ਨਹੀਂ ਨਿਭਣੀਆਂ, ਉਹ ਇੱਥੇ ਹੀ ਖਤਮ ਹੋ ਜਾਣੀਆਂ ਨੇ। ਆ ਇੱਕ ਨਿਯਮ ਸਮਝਣ ਵਾਲਾ ਹੈ। ਅਧਿਕਾਰ ਵੀ ਇੱਥੇ ਦੇ ਇੱਥੇ ਖਤਮ ਹੋ ਜਾਣੇ ਨੇ। ਗੁਰਬਾਣੀ ਅੰਦਰ ਵੀ ਇੱਕ ਲਫ਼ਜ਼ ਆਉਂਦਾ ਹੈ, ਸਤਿਗੁਰੂ ਬਾਣੀ ਵਿੱਚ ਕਹਿੰਦੇ ਨੇ ਕਿ ਇਸਤਰੀ ਪਤੀ 'ਤੇ ਅਧਿਕਾਰ ਰੱਖਦੀ ਹੈ, ਦਰਵਾਜ਼ਿਓਂ ਨਿਕਲਦਾ ਹੈ, ਨਿਕਲਣ ਤੋਂ ਪਹਿਲਾਂ ਪੁੱਛਦੀ ਹੈ ਕਿੱਥੇ ਜਾ ਰਹੇ ਹੋ। ਆਮ ਰੋਜ਼ਾਨਾ ਜੀਵਨ ਵਿੱਚੋਂ ਸਮਝਦੀ, ਗੁਰਬਾਣੀ ਨੇ ਇਸ ਗੱਲ ਦੀ ਤਸਦੀਕ ਕੀਤਾ ਹੈ, ਪੁੱਛਦੀ ਹੈ ਕਿੱਥੇ ਜਾ ਰਹੇ ਹੋ, ਕਦੋਂ ਤੱਕ ਵਾਪਸ ਆਓਗੇ, ਪੁੱਛਣ ਦਾ ਅਧਿਕਾਰ ਹੈ ਨਾ। ਉਸ ਅਧਿਕਾਰ ਨੂੰ ਵਰਤਦਿਆਂ ਪੁੱਛਦੀ ਕਿੱਥੇ ਜਾ ਰਹੇ ਹੋ, ਕਦੋਂ ਆਓਗੇ,
कई बार जान तो पहला घर विच मता हुंदा है, राय हुंदी है, सलाह हुंदी है, अज मैं जावां रोक अपनी राय दे मुताबिक रोक भी सकदी, अज नहीं जान रोक भी सकदी, अधिकारां दी गल कर रहे हैं, इत्थे बने ने रोक भी सकदी, ते शामा नूं आउण तो बाद पुछ भी सकदी है कित्थों आए हो। ये अपनी रोजाना जीवन की गल है, गुरबाणी ने तो उस गल नूं तस्दीक कीता है, जरा समझनी है। रोजाना जीवन च असीं देखिए शामा नूं वापस आउण ते भी पुछण दा अधिकार है, पुछ सकदी है भी कित्थों आए हो, है ना। पर गुरु ने बाणी विच आखिया है संसार दा इत्थों दा अधिकार है, जिहड़ी चीज इत्थे बनी है वह नाल नहीं जानी। हुण गुरबाणी का एक शब्द है जिंदे सतगुरु कहिंदे ने, धन कहे, धन दा मतलब इस्त्री, धन कहे तू बस मैं नाले। हुण इत्थे ओह राय दिंदी है कोनी चाहुंदी भी मेरा घर छड के जावे, राय दिंदी है पर उंदी राय चलदी, अधिकार चलदा है। हुण अधिकार जाण दे वक्त दा है, हर रोज उंदा अधिकार इस संसार विच चलदा रहा है, पर जदों जाण दा वक्त है ना उस अधिकार ने नाल नहीं जाना। गुरु बाणी विच एक एग्जाम्पल दिंदे ने, कहिंदे ने धन कहे तू बस मैं नाले, प्रिया सुखवासी बाल गोपाले, तुझे बिना हो किते ना लेखे। भावें गल प्रिया जीवात्मा दी है ते धन इस काया दी है, पर एग्जाम्पल संसारिक बड़ी खूबसूरत दिती ने, तुझे बिना हो किते ना लेखे। जे तू घर छड के चला जाए मेरी कोई कीमत नहीं, कोई कदर नहीं, उठा के अगले ने चिखा विच रख देना। इसलिए मैं चाहनी हाँ तू एक घर छड के ना जावे, तुझे बिना हो किते ना लेखे। वचन दे लो, एथे अधिकार खत्म हुंदा है। की वचन दे सकदा रोजाना जीवन दे अधिकार विच है, वचन ले सकदी है अज नहीं जाओगे, अज साडा फलाना फंक्शन है तुसी बाहर नहीं जाना। पर जदों ओ समा आ जाए उदों भी वचन दे सकदा, वचन मंग रही है। वचन दे छोड़ ना जा साहे, ते जवाब की मिलता है प्रिया कहे हाँ हुक्मी बंदा। हुण तेरा अधिकार खत्म हो गया है, मेरी जान दा समा है, जिन्ना विच जी मैं संसार विच रहा उन्नी देर तेरा अधिकार सी, क्योंकि तेरा मेरा रिश्ता भी संसार विच बनया, तेरा मेरा उस रिश्ते दा नाम भी संसार विच बनया, ऐसे संसार ने तेनू मैनू अधिकार भी दित्ते। पर हुण क्योंकि मैं संसार छड रहा हुण तेरा अधिकार खत्म हो गया। प्रिया कहे हाँ हुक्मी बंदा, ओ पारो ठाकरे जिस कान न छंदा, जिचर रखे। हुण
ਉਹਦਾ ਅਧਿਕਾਰ ਹੈ, ਕਿਉਂਕਿ ਇਸ ਸੰਸਾਰ ਵਿੱਚ ਜੋ ਕੁਝ ਬਣਿਆ ਉਸ ਸੰਸਾਰ ਨੇ ਆਪਣੇ ਅਧਿਕਾਰ ਥੱਲੇ ਬਹੁਤ ਕੁਝ ਬਦਲਿਆ ਵੀ, ਰੱਖਿਆ ਵੀ, ਬਣਾਇਆ ਵੀ। ਪਰ ਜਿਚਰ ਰਾਖੇ ਤਿਚਰ ਤੁਮ ਸੰਗ ਰਹਿਣਾ, ਜਾਂ ਸਦੇ ਜਾਂ ਸਦੇ ਤਾਂ ਉਠ ਸਦਾ ਸਾਰੇ। ਹੁਣ ਜਿਹੜੀ ਪਤਨੀ ਰੋਜ਼ ਹੁਕਮ ਕਰਦੀ ਸੀ, ਆਪਣਾ ਅਧਿਕਾਰ ਵਰਤਦੀ ਸੀ, ਰੋਕ ਲੈਂਦੀ ਸੀ, ਉਹ ਅੱਜ ਹੈਰਾਨ ਹੈ ਵੀ ਮੇਰੇ ਰੋਕਿਆ ਹੁਣ ਕਿਉਂ ਨਹੀਂ ਰੁਕਦਾ, ਇਹ ਮੇਰੇ ਨਾਲ ਮਜ਼ਾਕ ਤਾਂ ਨਹੀਂ ਕਰ ਰਿਹਾ। ਅੱਗੇ ਰੁਕ ਜਾਂਦਾ ਸੀ, ਅੱਜ ਕਹਿੰਦਾ ਮੈਂ ਨਹੀਂ ਰੁਕ ਸਕਦਾ। ਜੋ ਪ੍ਰਿਆ ਬਚਨ ਕਹੇ ਧਨ ਸੱਚੇ, ਉਹ ਤਾਂ ਸੱਚ ਕਹਿ ਰਿਹਾ, ਪਰ ਧਨ ਕਛੂ ਨਾ ਸਮਝੇ। ਉਹ ਸਮਝਦੀ ਅੱਗੇ ਮੰਨਦਾ ਸੀ, ਮੇਰਾ ਬਚਨ ਮੰਨਦਾ ਸੀ, ਮੈਨੂੰ ਬਚਨ ਦਿੰਦਾ ਸੀ, ਮੇਰੀ ਮਰਜ਼ੀ, ਮੇਰੇ ਅਧਿਕਾਰ ਚੱਲਦੇ ਸਨ, ਅੱਜ ਕਿਉਂ ਨਹੀਂ। ਸਤਿਗੁਰੂ ਨੇ ਬਾਣੀ ਦੀ ਐਗਜ਼ੈਂਪਲ ਬੜੀ ਕਮਾਲ ਦੇ ਦਿੱਤੀ, ਕਹਿੰਦੇ ਨੇ ਤੇਰੇ ਅਧਿਕਾਰ, ਤੇਰਾ ਸਭ ਕੁਝ ਇੱਥੇ ਰਹਿੰਦਿਆਂ ਤੱਕ ਹੈ, ਕਿਉਂਕਿ ਸੰਸਾਰ ਵਿੱਚ ਬਣਿਆ। ਜਿਸ ਦਿਨ ਇਹ ਸੰਸਾਰ ਛੱਡੇਗਾ, ਤੇਰੇ ਅਧਿਕਾਰ, ਤੇਰੇ ਪਰਿਵਾਰ ਦੇ ਅਧਿਕਾਰ, ਤੇਰੀ ਪਤਨੀ ਦੇ ਅਧਿਕਾਰ ਇੱਥੇ ਕੰਮ ਨਹੀਂ ਦੇਣੇ, ਬਲਕਿ ਬੜੀ ਖੂਬਸੂਰਤ ਗੱਲ ਇੱਕ ਹੋਰ ਐਗਜ਼ਾਂਪਲ ਵਜੋਂ ਗੁਰੂ ਨੇ ਆਖੀ। ਕਹਿਣ ਲੱਗੇ ਜਦੋਂ ਚਲਾ ਗਿਆ, ਅੱਗੇ ਸ਼ਾਮਾਂ ਨੂੰ ਜਦੋਂ ਵਾਪਸ ਆਉਂਦਾ ਸੀ, ਪੁੱਛਦੀ ਸਾਂ ਕਿੱਥੋਂ ਆਇਆ। ਸਵੇਰੇ ਕਹਿੰਦੀ ਸਾਂ ਜਿੱਥੇ ਜਾ ਰਹੇ ਹੋ ਦੱਸੋ ਕਿੱਥੇ ਜਾ ਰਹੇ ਹੋ, ਉੱਥੇ ਜਾ ਕੇ ਮੈਨੂੰ ਇਤਲਾਹ ਦੇਣਾ, ਫੋਨ ਕਰਨਾ, ਮੈਨੂੰ ਦੱਸਣਾ ਕਿੱਥੇ ਪਹੁੰਚ ਗਏ ਹੋ। ਪਰ ਹੁਣ ਅਜੀਬ ਗੱਲ ਵਾਪਰੀ, ਅੱਗੇ ਐਸਾ ਹੁੰਦਾ ਸੀ ਕਿ ਜੇ ਕੁਛ ਦੂਰੀ 'ਤੇ ਵੀ ਜਾਣ, ਉੱਥੋਂ ਕੋਈ ਫੋਨ, ਕੋਈ ਚਿੱਠੀ ਪੱਤਰ, ਕੋਈ ਇਤਲਾਹ ਮਿਲਦੀ ਸੀ ਕਿ ਮੈਂ ਫਲਾਣੀ ਥਾਂ 'ਤੇ ਪਹੁੰਚ ਗਿਆ। ਪਰ ਹੁਣ ਕੋਈ ਜਵਾਬ ਨਹੀਂ, ਲੈ ਹੁਣ ਜਵਾਬ ਮੰਗ, ਹੁਣ ਜਵਾਬ ਮੰਗ, ਅਧਿਕਾਰ ਖਤਮ ਹੋ ਗਿਆ ਨਾ। ਸਤਿਗੁਰੂ ਨੇ ਬਾਣੀ ਵਿੱਚ ਆਖਿਆ, ਕਹਿਣ ਲੱਗੇ ਹੁਣ ਨਹੀਂ ਸੰਦੇਸਰੋ ਮਾਇਓ, ਹੁਣ ਕੋਈ ਸੰਦੇਸ਼ ਨਹੀਂ, ਹੁਣ ਕੋਈ ਇਤਲਾਹ ਨਹੀਂ, ਕੋਈ ਮੈਸੇਜ ਨਹੀਂ ਕਿ ਮੈਂ ਕਿੱਥੇ ਚੱਲਿਆ ਅਤੇ ਕਿੱਥੋਂ ਆਇਆ ਅਤੇ ਕਿੱਥੇ ਜਾਣਾ ਹੈ ਅਤੇ ਕਿੰਨੀ ਦੇਰ ਰਹਿਣਾ ਹੈ, ਕੋਈ ਆਪਣਾ ਟਿਕਾਣਾ, ਕੋਈ ਐਡਰੈਸ, ਕੋਈ ਮੈਸੇਜ ਹੀ ਨਹੀਂ ਹੈ। ਹੁਣ ਨਹੀਂ ਸੰਦੇਸਰੋ ਮਾਇਓ, ਕੋਈ ਸੰਦੇਸ਼ ਹੀ ਨਹੀਂ। ਅੱਗੇ ਕੀ ਸੀ, ਇੱਕ ਕੋਸਰੋ ਸਿੱਧ ਕਰਤ ਲਾਲ, ਜੇ ਕਦੀ ਇੱਕ ਕੋਹ 'ਤੇ ਵੀ ਜਾਂਦਾ ਸੀ ਤਬ ਚਤਰ ਪਾਤਰੋ ਆਇਓ, ਚਾਰ ਚਾਰ ਚਿੱਠੀਆਂ ਪਾ ਦਿੰਦਾ ਸੀ ਮੈਂ ਫਲਾਣੀ ਥਾਂ 'ਤੇ ਪਹੁੰਚ ਗਿਆ। ਹੁਣ ਨਹੀਂ ਸੰਦੇਸ਼ ਰੂਮ ਆਇਓ, ਹੁਣ ਵਰੇ ਬੀਤ ਗਏ ਨੇ, ਕਿਹਦੇ ਕੋਲੋਂ ਪੁੱਛਾਂ ਕਿੱਥੇ ਗਿਆ ਸੀ, ਕਿਹਦੇ ਕੋਲੋਂ ਪੁੱਛੋ ਕਦੋਂ ਆਵੇਗਾ। ਕਹਿਣ ਲੱਗੇ ਸੰਦੇਸ਼ ਵੀ ਖਤਮ ਹੋ ਗਏ, ਜਿਹੜੇ ਅਧਿਕਾਰ ਇਸ ਸੰਸਾਰ ਨੇ ਮੈਨੂੰ ਦਿੱਤੇ ਸਨ ਉਹ ਸੰਸਾਰ ਵਿੱਚ ਹੀ ਰਹਿ ਗਏ। ਹੁਣ ਅੱਜ ਪਤਾ ਲੱਗਾ ਇਹੋ ਗੱਲ ਬਾਬਾ ਕਬੀਰ ਜੀ ਨੇ ਆਖੀ। ਕਹਿਣ ਲੱਗੇ ਕਬੀਰਾ ਹਮਰਾ ਕਬੀਰਾ ਹਮਰਾ ਕੋ ਨਹੀਂ, ਹਮ ਕਿਸ ਹੂ ਕੇ ਨਾ, ਹਮ ਕਿਸ ਜਿਨ ਇਹ
रचने रचा जिन ए रचने रचा साक रिश्ते संसार विच नाम दे के अधिकार दे के बने ते नाम ते अधिकार खत्म हो गए। सतगुरु ने एहो एग्जाम्पल जीव आत्मा ते काया वास्ते वरती, कहन लगे काया हंस क्या प्रीत है, हंस ते काया पति स्त्री वांगू रहिंदे सन, एक दूजे दा ख्याल रखदे सन। जरा जीव विच कोई उदासी आए काया दा मूंह भी पीला पै जांदा सी, पता लग जांदा सी इहदे अंदर कोई दुख गम है, अज उदास दिसदा है, पता लग जांदा सी। काया ते एहसास दिसन लग पैंदे सन। ते जे कदी काया नू कोई तकलीफ होवे तां जीव हाय हाय करदा, उहनू चैन नहीं सी आउंदी, एक दूजे नाल स्नेह सी। जीव करके कमाई करदा है ना मनुख, जिन्नी देर जीवन है उन्नी देर ही किरत करदा है, ते जो किरत करदा है वह काया वास्ते करदा है। कपड़े तां काया ने पाउणे ने, घर विच तां काया ने रहना, भोजन तो काया ने करना है। जीव नू तो ना घर की लोड़ है, जीव नू तो ना कपड़ियां की लोड़ है, ना भोजन की लोड़ है, तो फिर सब कुछ कर रहा है काया लई। दिन रात चंगा मंदा सोच के भी झूठ फरेब करके भी काया नू संभाल रहा है। गुरु बाणी विच कहिंदे ने, कहन लगे काया हंस क्या प्रीत है, जे पया ही छड जाए इस नू कूड़ बोल बोल के खवालीए। इंदे पालना करदा रहा इस काया दी। कहन लगे अजीब गल है, इन्ना स्नेह हुंदिया होया पई नू छड गया काया नू, उन्हें पुछया भी नहीं मैं जावां कि ना जावां, जे पया ही छड जाए। ते दूजे पासे जिन्हों सारी जिंदगी कूड़ बोल बोल खवा लिया, उनके लिए सब कुछ करता, उन्होंने सजाता रहा, उनके लिए भोजन बनाता रहा, उनके लिए कपड़े सवाता रहा, उन्हें भी नहीं आख्या भी चलो मैं तेरे नाल चली जावां, वो भी नाल नहीं गई। काया ते हंस इउं विछड़ गया, कहिंदे ने उसनू कूड़ बोल बोल के खवाली है पर चलदियां नाल ना जाए। इसलिए बाबा कबीर कहते ने मैनू विश्वास हो गया कि कबीरा हमरा को नहीं हम किस हू को नाए, जिन ए रचन रचाया तिस माए समाए। इन्हें शब्दों नाल खिमा दा जा चुका, फतेह बुलाओ, वाहिगुरु जी का खालसा, वाहिगुरु जी की फतेह।